ਉਤਰ ਸਾਨੂੰ ਉਹਨਾਂ ਦਾ ਹਾਂ ਤੇ ਸਾਹਿਬ ਕੋ ਆਏ ਤੇ ਉਹਨਾਂ ਕਿਹਾ ਜੀ ਤੁਸੀਂ ਨਾ ਤੁਹਾਡੇ ਫਲਾਣੇ ਰਿਸ਼ਤੇਦਾਰ ਨੇ ਉੱਥੇ ਮੰਜੀ ਸਰਕਾਰ ਆਮ ਤੋਂ ਫਰਮਾਇਆ ਚੌਕ ਨਾਖ ਦਾ ਤੁਹਾਡੇ ਰਿਸ਼ਤੇਦਾਰ ਨੇ ਉਹ ਉੱਥੇ ਸੁੱਤੇ ਜੇ ਇਸ ਵੇਲੇ ਜਾ ਕੇ ਫੜ ਲਓ ਉਹਨਾਂ ਮੈਨੂੰ ਸਵੇਰੇ ਜਾ ਕੇ 7-8 ਵਜੇ ਲਿਆ ਉੱਥੋਂ ਰਾਤ ਨੂੰ ਮੈਂ ਟਰਾਈ ਦੇ ਕੇ ਆਇਆ ਮਕਲੋਰ ਰੋਡ ਦੇ ਉੱਤੇ ਜਾ ਕੇ ਭਾਈ ਸ਼ੋਲੇ ਫਿਲਮ ਬਣੀ ਹੈ ਤੇ ਉਹਦੇ ਵਿੱਚ ਨਾ ਉਹਨਾਂ ਮੇਰੇ ਕੋਲ ਐਕਟਿੰਗ ਕਰਾਉਣੀ ਸੀ ਅੱਛਾ ਤੁਸੀਂ ਐਕਟਿੰਗ ਕਰਨੀ ਹੈ ਫਿਲਮ ਦੇ ਵਿੱਚ ਜੀ ਜੀ ਅੱਛਾ ਜੀ ਤੇ ਉਹ ਮੈਨੂੰ ਸਿੱਧੇ ਹੀ ਇੱਥੇ ਲੈ ਆਏ ਉੱਥੋਂ ਫੜ ਕੇ ਸਾਹਿਬ ਨੇ ਮੈਨੂੰ ਫਰਮਾਇਆ ਉਦੋਂ ਐਡੀ ਐਡੀ ਛੋਟੀ ਛੋਟੀ ਦਾੜੀ ਸੀ ਜੀ ਮੇਰੀ ਸਾਹਿਬ ਨੇ ਫਰਮਾਇਆ ਔਰ ਮੌਲਵੀ ਪਹਿਲੀ ਵਾਰੀ ਮੈਂ ਮੋਦੀ ਸਰਕਾਰ ਨੇ ਮੈਨੂੰ ਲਫ਼ਜ਼ ਫਰਮਾਇਆ ਔਰ ਮੌਲਵੀ ਮਾਂ ਪਿਓ ਨੂੰ ਖਰਾਬ ਨਹੀਂ ਕਰੀਦਾ ਆ ਜਾਓ ਹੁਣ ਨਹੀਂ ਜਾਂਦਾ ਕਿਤੇ ਬਾਜੀ ਸਾਹਿਬ ਇੰਨੀ ਗੱਲ ਕੀਤੀ ਹੈ ਮੈਂ ਉਹਨੂੰ 2 ਸਾਲ ਬਾਅਦ ਮਸੱਲਾ ਇਮਾਮਤ 'ਤੇ ਖਲੋ ਗਿਆ ਅਤੇ ਜ਼ਿੰਦਗੀ ਗੁਜ਼ਰ ਗਈ ਹੈ ਇਮਾਮਤ 'ਤੇ ਇੱਕ ਦਿਨ ਮਸੀਤੇ ਮਦਰਸੇ ਨਹੀਂ ਗਿਆ ਕਿਸੇ ਕੋਲ ਅਤੇ ਹਜ਼ਰਤ ਸਾਹਿਬ ਨੇ ਮੌਲਵੀ ਆਖਿਆ ਅਤੇ ਸਰਕਾਰ ਨੇ ਮੌਲਵੀ ਬਣਾ ਦਿੱਤਾ ਉੱਚੀਆਂ ਉੱਚੀਆਂ ਜਗ੍ਹਾ 'ਚ ਵੀ ਬਿਆਨ ਕੀਤਾ ਮੌਲਵੀ 'ਚ ਵੀ ਬਿਆਨ ਕੀਤਾ ਹਰ ਜਗ੍ਹਾ 'ਤੇ ਕੀਤਾ ਅਤੇ ਉਹ ਜਨਾਬ ਬਸ ਉਹਨਾਂ ਨੇ ਮੌਲਵੀ ਕਹਿ ਦਿੱਤਾ ਮੈਨੂੰ ਅਤੇ ਬਸ ਮਾਲਕ ਨੇ ਮੌਲਵੀ ਬਣਾ ਦਿੱਤਾ।